आज उस नंदलाल नूं समर्पण है गीत गाउंदा है, पर मेरे वास्ते तां सदा ही गाउंदा है। इस मर जाने नूं उस जाण जोगे ने एक कला दित्ती है। मैंने डफली बाद चा क्योंकि जदों कॉलेज पढ़न लगे साढ़े नाल दे विद्यार्थी कहिंदे यार गुरदास सुना दे, कि उदों टेबल दे उत्ते वजाउणा पैंदा सी, टेबल दे उत्ते होई टिकते पर टेबल दे उत्ते साढ़े अटण पै जांदे सी, इन्ने जोर नाल वजाउणा पैंदा सी तां उहदी आवाज़ निकलदी सी। ਇਹ ਕਿਤੇ ਦੁਕਾਨ ਤੋਂ ਜਾ ਕੇ ਨਾਗੀ ਦੀ ਦੁਕਾਨ ਪਟਿਆਲੇ ਤੋਂ ਮਿਲਿਆ, ਮੈਂ ਬਸ ਇੱਥੋਂ ਹੀ ਕੰਮ ਬਣਦਾ, ਜਿੰਨੇ ਵੀ ਆਉਂਦੇ ਸੀ ਲੈ ਕੇ ਆ ਗਏ। ਬਸ ਫਿਰ ਅਸੀਂ ਪਿਕਨਿਕ ਤੇ ਗਏ ਪਿਛੋਆ, ਬਸ ਦੇ ਵਿੱਚ ਗਾਉਂਦੇ ਗਏ, ਜਦੋਂ ਉੱਥੇ ਜਾ ਕੇ ਗਾਇਆ ਕੀ ਬਸ ਆਨੰਦ ਆ ਗਿਆ। ਮੈਂ ਕਮਲੀ ਯਾਰ ਵੀ ਕਮਲੀ ਸੱਜਣਾ ਵੀ ਸੱਜਣਾ ਤੇਰੇ ਸ਼ਬਦ ਸਭ ਲਿਖੇ ਸੀ ਉਸ ਵਾਰ ਕਿਉਂਕਿ ਸਾਡੀ ਆਖਰੀ ਕਲਾਸ ਸੀ ਉਸ ਵੇਲੇ। ਆਖਰੀ ਨਜ਼ਾਰਾ ਇਹ ਸੁਣਨਾ ਬਾਬਾ ਜੀ, ਉੱਥੇ ਇੱਕ ਦਿੱਲੀ ਤੋਂ ਬੱਸ ਆਈ, ਵਿਆਹ ਦੀ ਬੱਸ, ਮਤਲਬ ਜਨ ਆਈ ਵੀ ਸੀ। ਉਹਨਾਂ ਨੇ ਪੰਜੌਰ ਰੋਕੀ, ਬਰਾਤੀ ਉਤਰੇ, ਬਰਾਤੀ ਤੁਹਾਨੂੰ ਪਤਾ ਬਾਬਾ ਪਿਆਜੀ ਹੋਏ ਹੋਏ ਸੀ ਪੀ ਪੀ, ਉਹ ਕਹਿੰਦੇ ਮੁੰਡਾ ਬਹੁਤ ਵਧੀਆ ਕਰ ਰਿਹਾ ਯਾਰ, ਮਜ਼ਾ ਆ ਗਿਆ ਯਾਰ। ਉਹਨਾਂ ਨੇ ਆਪਣੀ ਜੇਬ 'ਚੋਂ 100 ਰੁਪਈਆ ਮਾਰਨਾ ਸ਼ੁਰੂ ਕੀਤਾ, ਨੋਟ ਇਕੱਠੇ ਹੋ ਗਏ। ਸਾਡੀ ਕਲਾਸ ਖੁਸ਼ ਹੋ ਗਈ ਵੀ ਰਾਤ ਨੂੰ ਖਾਵਾਂ ਜਾਂ ਕੀ ਗੱਲ। ਉਹਨਾਂ ਨੇ ਮੇਰੀ ਜੇਬ ਦੇ ਵਿੱਚ ਸੋਰੀ ਜਿਹੜੀ ਡਫਲੀ ਦਾ ਬੈਗ ਸੀ ਉਹਦੇ ਵਿੱਚ ਪਾ ਤੇ, ਕੁਛ ਮੇਰੀ ਜੇਬਾਂ 'ਚ ਪਾ ਤੇ, 2 ਜੇਬਾਂ ਲੱਗੀਆਂ ਵੀ ਸੀ, ਮੈਂ ਮਿਲਟਰੀ ਵਾਲਾ ਮੈਨੂੰ ਬਹੁਤ ਅੱਛਾ ਲੱਗਦਾ ਸੀ, ਉਹਦੇ ਮੈਂ 2 ਉਹਦੇ ਵਿੱਚ ਭਰਤੇ। ਮੈਂ ਉੱਥੋਂ ਦੀ ਲੰਘਣ ਲੱਗਿਆ ਪਿਚੌਰ ਗਾਰਡਨ ਦੇ ਅੰਦਰ। ਇਹ ਗੱਲ ਸੁਣ ਕੇ ਰੱਖਣਾ, ਯਾਦ ਰੱਖਣਾ ਬਾਬਾ ਜ਼ਿੰਦਗੀ 'ਚ, ਇੱਕ ਫਕੀਰ ਨੇ ਆਵਾਜ਼ ਦਿੱਤੀ, ਕਿਉਂ ਦੂਰ ਦੂਰ ਬਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਹੋਇਆ ਕੀ ਕਸੂਰ ਮੇਰੇ ਕੋਲ, ਸਾਨੂੰ ਦੱਸਦੇ ਹੋਇਆ ਕੀ ਕਸੂਰ ਮੇਰੇ ਕੋਲੋਂ, ਕਿਉਂ ਦੂਰ ਦੂਰ। ਮੈਂ ਉੱਥੇ ਖੜ ਗਿਆ ਬਾਬਾ ਜੀ, ਆਪਣੀ ਜੇਬ 'ਚ ਜੋ ਕੁਛ ਸੀ, ਜੋ ਮੇਰੇ ਬੈਗ ਸੀ, ਸਾਰਾ ਢੇਰੀ ਕਰਦਾ ਉਹਦੇ ਚਰਨਾਂ 'ਚ। ਕਿ ਅੱਗੋਂ ਉਹਨੇ ਕੀ ਬੋਲਿਆ ਕਿ ਦਿਲ ਕੇ ਬਾਜ਼ਾਰ ਮੇਂ ਦੌਲਤ ਨਹੀਂ ਦੇਖੀ ਜਾਤੀ, ਪਿਆਰ ਹੋ ਜਾਏ ਤੋ ਫਿਰ ਸੂਰਤ ਨਹੀਂ ਦੇਖੀ ਜਾਤੀ, ਇੱਕ ਤਬੱਸਮ ਪੇ ਕਰੂੰ ਨਿਛਾਵਰ ਦੋਨੋਂ ਜਹਾਂ, ਮਾਲ ਅੱਛਾ ਹੋ ਤੋ ਕੀਮਤ ਨਹੀਂ ਦੇਖੀ ਜਾਤੀ। ਕਹਿੰਦਾ ਚੱਕ ਕੇ ਜੇਬ 'ਚ ਪਾ ਲੈ, ਚੱਕ ਕੇ ਜੇਬ 'ਚ ਪਾ ਲੈ, ਜਾਂ ਤੈਨੂੰ ਬਰਕਤਾਂ ਦਿੱਤੀਆਂ, ਜਾਂ ਤੈਨੂੰ ਰਹਿਮਤਾਂ ਦਿੱਤੀਆਂ। ਕਹਿੰਦਾ ਨਹੀਂ ਸੀ ਬਾਬਾ ਜੀ ਛੱਲਾ।